ਫਾਈਨ ਭਾਈ ਇਦਾਂ ਦਾ ਬੰਦਾ ਮੈਂ ਕੁੱਤੇ ਨੂੰ ਵਟਾ ਮਾਰ ਕੇ ਕੋਲ ਸੌਰੀ ਬੌਸ ਸੌਰੀ ਚਲੋ ਭਾਈ ਚਲੀ ਹਵਾ ਚੱਲਣ ਰਹੀ ਹੈ ਵਾਲ ਉੱਡ ਰਹੇ ਤੁਹਾਡੇ ਤਿੰਨ ਟਾਈਮ ਨੂੰ ਇੰਨੇ ਸੁਹਾਟਰ ਜਲਸੀਆਂ ਬਣਾਤੀਆਂ ਵਿਚਾਰਾ ਫਟਾ ਰੱਖ ਕੇ ਦੇ ਦੁੱਧ ਦੁੱਧ ਸਾਰਾ ਆਪਣਾ ਘਰ ਦਾ ਹੀ ਹੁੰਦਾ ਫੇਰ ਆ ਰਿਜ਼ਲਟ ਆ ਅਸਲਾਮ ਅਲੈਕਮ ਨਾਜ਼ਰੀਨ ਮੈਂ ਸਾਜਦ ਮਿੱਠਾਪੁਰੀਆ ਔਰ ਮੈਂ ਹੂੰ ਛੋਟਾ ਡਾਊਨ ਔਰ ਮੈਂ ਹੂੰ ਰਾਣਾ ਅਮਦਸਰ ਤੇ ਅੱਜ ਨਾਜ਼ਰੀਨ ਅਸੀਂ ਆਏ ਹਾਂ ਫੂਲ ਨਗਰ ਸਾਡੇ ਕ੍ਰਿਕਟ ਦੇ ਬੜੇ ਅੱਛੇ ਪਲੇਅਰ ਮਾਇਆ ਨਾਸ ਸਟਾਰ ਇੰਟਰਨੈਸ਼ਨਲ ਕ੍ਰਿਕਟ ਪਲੇਅਰ ਨੇ ਜਨਾਬ ਫਹੀਮ ਅਸ਼ਰਫ ਸਾਹਿਬ ਆ ਉਹਨਾਂ ਦਾ ਯਾਨੀ ਕਿ ਘਰ ਵੀ ਆ ਡੇਰਾ ਵੀ ਆ ਹਵੇਲੀ ਵੀ ਆ ਸਾਰਾ ਕੁਛ ਇਹਨਾਂ ਉਹਨਾਂ ਦਾ ਆਹੀ ਆ ਔਰ ਪਲੇਅ ਗਰਾਊਂਡ ਵੀ ਇਹਦੇ ਵਿੱਚ ਹੀ ਆ ਮਿੱਠੇ ਕਿਹੜਾ ਪਲੇਅ ਗਰਾਊਂਡ ਜਿੱਥੇ ਉਹ ਪ੍ਰੈਕਟਿਸ ਕਰਦੇ ਆ ਪਲੇਅ ਗਰਾਊਂਡ ਵੀ ਇਹਦੇ ਵਿੱਚ ਹੀ ਆ ਪਾਰਕ ਵੀ ਇਹਦੇ ਵਿੱਚ ਹੀ ਆ ਇਹਦੇ ਵਾਲ ਸਾਹਿਬ ਇਹਦੇ ਵਿੱਚ ਹੀ ਆ ਤੁਹਾਨੂੰ ਇਹ ਟੋਟਲ ਘਰ ਹੈਗਾ ਵਾ 320 ਮਰਲੇ ਦਾ ਕਿੰਨੇ ਮਰਲੇ ਦਾ 320 ਮਰਲੇ ਦਾ ਘਰ ਆ ਮਿੱਠੇ ਦੇ ਨਾਲੇ ਤੂੰ ਤਾਰਾ ਪੂਰਾ ਨਹੀਂ ਕਰਾਇਆ ਉਹਨਾਂ ਦਾ ਪੂਰਾ ਨਾਮ ਆ ਰਾਣਾ ਮੁਹੰਮਦ ਫਹੀਮ ਅਸ਼ਰਫ ਰਾਣਾ ਤੂੰ ਜੈਲਸ ਹੋ ਗਿਆ ਨਾ ਰਾਣਾ ਮੁਦੱਸਰ ਦਾ ਤਲਕ ਆ ਤੇ ਜੈਲਸੀ ਫੀਲ ਕਰ ਰਹੇ ਆ ਤੂੰ ਹਨਾ ਉਹ ਸੱਚ ਦੱਸੀ ਕਿਤੇ ਸਾਨੂੰ ਮਰਵਾ ਨਾ ਦੇਈ ਐਵੇਂ ਓਏ ਰਾਣਾ ਬਰਾਦਰੀ ਨੂੰ ਮੇਰੀ ਦੀ ਤਾਂ ਜਗ੍ਹਾ ਹੀ ਇੰਨੀ ਐ ਇਹਨਾਂ ਦੀ ਮੈਂ ਦੇਖੀ ਇਹਨਾਂ ਦੀ ਤਾਂ ਇੰਨੀ ਕਾ ਆ ਵੀ ਕਹਿੰਦੇ ਅਸੀਂ ਰਾਣਾ ਉਹ ਤੁਹਾਡੇ ਤੇ ਲੱਤਾਂ ਨਹੀਂ ਪੂਰੀਆਂ ਖੁੱਲਦੀਆਂ ਬਾਹਾਂ ਨਹੀਂ ਖੁੱਲਦੀਆਂ ਚਲੋ ਤੁਹਾਨੂੰ ਮੈਂ ਮਲੋਨਾ ਦੇ ਨਾਲੇ ਦਿਖਾਉਣਾ ਵਾ ਉਹਨਾਂ ਦਾ ਪੂਰਾ ਘਰ ਨਾਲੇ ਪਲੇਅ ਗਰਾਊਂਡ ਜਿੱਥੇ ਜਿੱਥੇ ਉਹ ਪ੍ਰੈਕਟਿਸ ਕਰਦੇ ਆ ਜਿੱਥੋਂ ਸਟਾਰ ਬਣੇ ਆ ਨਹੀਂ ਹਾਂ ਹਾਂ ਕਿਹੜੀ ਗੱਲ ਕੀਤੀ ਮੈਂ ਤੁਹਾਨੂੰ ਉਹਨਾਂ ਨਾਲ ਮਲਾਉਣਾ ਤੂੰ ਲੈ ਕੇ ਆਇਆ ਹੋਰ ਕੌਣ ਲੈ ਗਿਆ ਮੈਂ ਲੈ ਕੇ ਆਇਆ ਤੇ ਉਹ ਡਰਾਈਵਰ ਜਿਹੜਾ ਗੱਡੀ ਚਲਾ ਰਿਹਾ ਰਹਿ ਗਿਆ ਉਹ ਕੌਣ ਉਹ ਅੰਦਰ ਬੈਠਾ ਵਾ ਆ ਤਾਂ ਫਿਰ ਇਦਾਂ ਕਹੀਦਾ ਆਓ ਨਾਜ਼ਰੀਨ ਅੰਦਰ ਉਹਨਾਂ ਨੇ ਦੋਸਤ ਅਹਿਬਾਬ ਇਕੱਠੇ ਕੀਤੇ ਸਾਰੇ ਇੱਥੇ ਦੇ ਫੂਲ ਨਗਰ ਦੇ ਦੋਸਤ ਬਹੁਤ ਚੰਗੇ ਸਾਰੇ ਮਾਸ਼ਾਅੱਲਾ ਸਾਰਿਆਂ ਨੇ ਪਿਆਰ ਕੀਤਾ ਤੇ ਅੱਜ ਤੁਹਾਨੂੰ ਨਾ ਕਿ ਨਵਾਂ ਕੰਮ ਦਿਖਾਉਣਾ ਇਹਨੂੰ ਅਸੀਂ 2 ਘੰਟੇ ਲਾ ਕੇ ਮੈਂ ਤੇ ਰਾਣੇ ਮੁਦੱਸਰ ਨੇ ਜੁਗਤਾਂ ਸਿਖਾਈਆਂ ਵਾਂ ਤੇ ਅੱਜ ਇਹਨੇ ਜੁਗਤਾਂ ਕਰੀਆਂ ਤੁਹਾਨੂੰ ਮਜ਼ਾ ਆਏਗਾ ਇਨਸ਼ਾਅੱਲਾ ਛੋਟੇ ਡਾਉਂਦਾ ਛੋਟੇ ਡਾਉਂ ਅੰਦਰ ਜਾ ਕੇ ਦੇਖ ਕੋਈ ਹੈ ਤਾਂ ਨਹੀਂ ਬਿੱਲੀ ਬੁਲੀ ਚਲੋ ਆ ਤੇ ਐਂ ਜਿਵੇਂ ਡਕੇਟੀ ਕਰਨ ਆਇਆ ਵਾ ਦੇਖੀ ਕੁਰਾ ਨੱਪਣ ਡਿਆ ਵਾ ਅੱਜ ਤੁਹਾਡਾ ਭਰਾ ਕਿਵੇਂ ਲੱਗ ਰਿਹਾ ਤਾਂ ਦੱਸਣਾ ਓਏ ਮਿੱਠੇ ਮੈਂ ਕਿਵੇਂ ਲੱਗ ਰਿਹਾ ਇਹ ਮੈਂ ਫਿਰ ਚੱਲਦਾ ਹਾਂ ਓਏ ਇੱਧਰ ਇਹ ਦੀ ਸ਼ਾਪਿੰਗ ਜਿਹੜੀ ਇਕੱਠੀਆਂ ਕੀਤੀ ਉਹ ਦੱਸਣਾ ਨਹੀਂ ਮੈਂ ਇਹ ਕਿਸੇ ਸ਼ੋਅ 'ਚ ਮੈਂ ਦੱਸਣਾ ਵਾ ਮਦਸਰ ਮੈਂ ਉਸਤਾਦ ਜੀ ਦੇ ਸਾਹਮਣੇ ਦੱਸਣਾ ਕਿ ਇਹਨੇ ਜਿੱਦਾਂ ਈਦੀ ਸ਼ਾਪਿੰਗ ਮੇਰੇ ਨਾਲ ਕੀਤੀ ਆ ਯਾਰ ਕੀ ਮਾੜੀ ਕੀਤੀ ਆ ਦੇਖੋ ਨਾਦਰੀ ਅਸੀਂ ਇਕੱਠੀ ਸ਼ਾਪਿੰਗ ਕੀਤੀ ਮਾੜੀ ਸ਼ਰਟਾਂ ਪਿੱਛੇ ਦੋਸਤਾਂ ਬਾਅਦ ਇਸ ਕਿਸਮ ਦਾ ਦਾਇਰਾ ਬਣਾ ਕੇ ਬੈਠੇ ਆ ਬੜੀ ਮੁਹੱਬਤ ਬੜੀ ਚਾਹਤ ਬੜੀ ਉਲਫਤ ਬੜੇ ਪਿਆਰ ਬੜੀ ਲਗਨ ਦੇ ਨਾਲ ਸਾਨੂੰ ਦੇਖ ਰਿਹਾ ਤੇ ਜਨਾਬ ਸਾਡੇ ਜਿਹੜੇ ਇੰਟਰਨੈਸ਼ਨਲ ਕ੍ਰਿਕਟ ਪਲੇਅਰ ਨੇ ਸਟਾਰ ਨੇ ਬਲਕਿ ਸਾਡੇ ਪਾਕਿਸਤਾਨ ਦਾ ਨਾਮ ਰੋਸ਼ਨ ਕਰਦੇ ਰਹੇ ਫਹੀਮ ਬਾਈ ਉਹ ਵੀ ਵਿੱਚ ਮੌਜੂਦ ਨੇ ਓਏ ਰਾਣਾ ਫਹੀਮ ਕਿਉਂ ਨਹੀਂ ਕਹਿੰਦਾ ਤੂੰ ਉਹ ਕਿਤੇ ਮੈਂ ਰਾਣਾ ਫਹੀਮ ਮੈਂ ਕਿਤੇ ਓ ਯਾਰ ਰਾਣਾ ਬਰਾਦਰੀ ਸਾਡੀ ਬਰਾਦਰੀ ਆ ਤੂੰ ਦੇਖਿਆ ਕਦੇ ਕੁਝ ਮੈਚ ਚੱਲਦਾ ਟੈਨਿਸ ਕੋਰਟ ਤੇ ਨਾਲ ਰਾਣਾ ਲਿਖਿਆ ਹੋਵੇ ਦੇਖਿਆ ਹੁੰਦਾ ਕੀ ਮਸਲਾ ਤੈਨੂੰ ਤੂੰ ਰਾਣਾ ਫਹੀਮ ਕਹਿਣਾ ਵਾ ਜੇ ਤੂੰ ਰਾਣਾ ਮੈਂ ਹੁਣ ਸਾਰਿਆਂ ਦਾ ਨਾਮ ਜੇ ਨਹੀਂ ਜੱਟਾਂ ਦੇ ਡੇਡੇ ਘਰ ਤੇ ਅਸੀਂ ਕੀ ਕਰੀਏ ਦੱਸ ਚਲੋ ਅਸੀਂ ਉਹਨਾਂ ਨੂੰ ਰਾਣਾ ਕਹਿ ਲੈਂਦੇ ਆ ਤੁਹਾਨੂੰ ਐਵੇਂ ਕਹੀ ਜਾਈਏ ਹੁਣ ਯਾਰ ਰਾਣਾ ਫਹੀਮ ਚਲੋ ਜੀ ਉਸਤਾਦ ਜੀ ਤੁਸੀਂ ਉਹਨਾਂ ਨੂੰ ਕਹਿ ਦਿਓ ਰਾਣਾ ਲਓ ਜੀ ਜਨਾਬ ਰਾਣਾ ਫਹੀਮ ਅਸ਼ਰਫ ਸਾਹਿਬ ਠੀਕ ਆ ਹਾਂ ਬੈਨਰ ਜਿਹੜਾ ਨਾਮ ਹੋ ਗਿਆ ਜੀ ਹਾਂ ਜੀ ਆ ਫਲੈਕਸ ਬਣਵਾ ਕੇ ਲਾ ਦੇਣੀ ਆਪਾਂ ਟੋਏ ਪਏ ਸੀਗੇ ਸਾਡਾ ਨਾ ਇੱਕ ਛੋਟਾ ਬੱਚਾ ਸੀ ਉਹ ਵਿੱਚ ਟੋਏ ਡਿੱਗੇ ਆ ਦਫ਼ਨ ਕਰ ਰਹੇ ਸੀ ਸਰ ਤੁਹਾਡਾ ਬਿਗ ਫੈਨ ਮੈਂ ਤੁਹਾਨੂੰ ਜਾਨੀ ਸਾਹਿਬ ਦੇ ਸ਼ੋਅ ਦੇਖਦਾ ਸਰ ਤੁਸੀਂ ਉਹੀ ਹੋ ਨਾ ਮਿੱਠਾਪੁਰ ਗਿਆ ਚੌਲ ਧੋਣ ਲੱਗਾ ਮਾੜਾ ਮੂੰਹ ਵੀ ਧੋਲੀ ਕਿੱਡਾ ਮਾੜਾ ਮੂੰਹ ਇਹ ਸ਼੍ਰੀਲੰਕਾ ਦਾ ਪਲੇਅਰ ਆ ਜੀ ਇਥੋਪੀਆ ਦਾ ਪਲੇਅਰ ਇਹ ਕੌਲ ਸਿਕਰ ਦਾ ਮੁੰਡਾ ਤਾਂ ਨਹੀਂ ਕਿਤੇ ਤੇਰਾ ਕੀ ਵਿਗਾੜਿਆ ਵੱਡੇ ਭਾਈ ਸਾਡਾ ਗੱਲ ਕਰੀ ਯਾਰ ਆ ਦੰਦ ਐ ਲੱਗਦਾ ਲਸਣ ਛਿਲਿਆ ਵੇਖ ਸਹੀ ਅੱਛਾ ਮਿੱਠੇ ਦੇ ਦੰਦ ਪਾਉਂਦੇ ਨੇ ਬਿਲਕੁਲ ਕਾਲਾ ਰਹੇ ਤੇ ਦੰਦ ਕੱਢ ਦੇ ਖੀਸੇ ਵਰਗਾ ਮੂੰਹ ਹੋਣਾ ਅਸੀਂ ਆਏ ਫਹੀਮ ਬਾਈ ਦੇ ਕੋਲ ਤੇ ਫਹੀਮ ਬਾਈ ਦੇ ਕੰਮ ਵਾਲੇ ਮੁੰਡੇ ਨੇ ਇਦਾਂ ਦੇ ਬੰਦੇ ਬੜੀ ਬੜੀ ਦੂਰੋਂ ਸੌਦਾ ਲਿਆ ਕੇ ਉਹਨੇ ਆਪ ਲੱਗਣ ਆਇਆ ਇੱਥੇ ਇੰਨਾ ਲੱਗਣਾ ਭਾਈ ਫਹੀਮ ਨੇ ਆਪਣੀ ਗੱਡੀ ਦਾ ਤੇਲ ਬਦਲਾਉਣ ਵਾਸਤੇ ਮੁੰਡਾ ਸੱਦਿਆ ਇਦਾਂ ਦਾ ਬਾਲ ਇੱਥੇ ਲੱਗਣਾ ਤੇ ਬਾਲ ਨੂੰ ਅੱਗ ਲਾਈ ਜਾਂਦੀ ਕਿਤੇ ਨਾਈਦਾ ਕਿਤੇ ਨਾਈਦਾ ਵੀ ਹੁੰਦਾ ਵਾ ਭਾਈ
ਇਹ ਆਪਣੇ ਡੱਬਾ ਪਾਣੀ ਦਾ ਪਾਵੇ ਨਾ ਜਿੱਦਾਂ ਇੱਟਾਂ 'ਚ ਆਵਾਜ਼ ਨਹੀਂ ਹੁੰਦੀ ਇੱਦਾਂ 'ਚ ਹੋ ਗਈ ਐਰਾਂ ਦਾ ਕੋਲਿਆਂ 'ਤੇ ਪਾਣੀ ਪਾਇਆ ਹਾਂ ਹਾਂ ਕੀ ਮਸਤਾ ਤੂੰ ਗੱਲ ਵੀ ਕਰ ਤਾਂ ਤੂੰ ਨਾ ਰੱਖਿਆ ਇੱਧਰ ਲਿਆ ਇਹਨੂੰ ਥੋੜ੍ਹਾ ਜਿਹਾ ਇੱਧਰ ਆ ਫਾਈ ਬਾਈ ਤੁਸੀਂ ਬੈਠੋ ਕਿੱਧਰ ਬੈਠਣਾ ਤੈਨੂੰ ਉਹ ਤੂੰ ਸਰਵਾਲਾਂ ਦੇ ਨਾਲ ਬੈਠ ਰਿਹਾ ਨਿਸ਼ਾਣੇ ਨਹੀਂ ਬੈਠਾ ਇੱਥੇ ਆਓ ਭਾਜੀ ਇੱਥੇ ਆਓ ਚੱਲ ਨਿਕਲ ਜਾਓ ਯਾਰ ਮੁੰਡਾ ਬਹੁਤ ਅੱਛਾ ਦੋਸਤ ਆ ਮੇਰੇ ਜੀ ਇੱਕ ਆਦਰ ਬੜੀ ਅੱਛੀ ਲੱਗੀ ਆ ਕਿ ਇਹ ਯਾਰ ਗੁੱਸਾ ਨਹੀਂ ਕਰਦਾ ਇਹਦਾ ਰੰਗ ਵਾਕਈ ਨਹੀਂ ਲਾਲ ਹੁੰਦਾ 200 ਰੁਪਏ ਦੀ ਦੁਕਾਨ ਨਿਕਲੋ ਫਿਰ ਹੈ ਨਾਈ ਦੀ ਦੁਕਾਨ ਤੇ ਫਹੀਮ ਵੀ ਵੈਸੇ ਹੀ ਬੈਠਾ ਨਾਈ ਦੀ ਦੁਕਾਨ ਤੇ ਤੇ ਨਾਈ ਆਪਣੇ ਸ਼ਕੀਰ ਨੂੰ ਆ ਕਹਿੰਦਾ ਯਾਰ ਸਵੇਰ ਦਾ ਬੈਠਾ ਇਹਦਾ ਕਾਲਾ ਮਾਸਕ ਤੇ ਲਾ ਅੱਛਾ ਇਹ ਜਦੋਂ ਬੰਦਾ ਨਾ ਇੱਟਾਂ ਦਾ ਪੱਠਾ ਨਹੀਂ ਉਹਦੇ ਬਾਰ ਭਾਇਆ ਹੁੰਦਾ ਵੀ ਲੋਕੀ ਵੇਖ ਕੇ ਕਹਿੰਦੇ ਕੰਮ ਬਹੁਤ ਚੱਲਣ ਡਿਆ ਜਿਹੜਾ ਕਾਲਾ ਹੁੰਦਾ ਇੱਕ ਬੰਦਾ ਗਟਰ ਖੋਲਣ ਡਿਆ ਉਹਨੂੰ ਕਹੀ ਜਾਣ ਡਿਆ ਸੋਹਣਿਆ ਸਾਰਾ ਗਾਰਾ ਨਾ ਕੱਢੀ ਜਿੰਨਾ ਚਾਹੀਦਾ ਉਹਨਾਂ ਲੈ ਲਾ ਲਓ ਫਹੀਮ ਬਾਈ ਤੁਹਾਡੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਅਸੀਂ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ 15-20 ਮਿੰਟ ਲੈਣੇ ਸਾਨੂੰ ਪਤਾ ਤੁਹਾਡਾ ਵਕਤ ਮਸਰੂਫ ਆ ਯਾਰ ਮੈਨੂੰ ਕੋਈ ਗੱਲ ਦੱਸੋ ਨਾਲੇ ਤੁਸੀਂ ਮੇਰੇ ਵੱਡੇ ਵੀਰ ਹੋ ਭਾਈ ਫਖਰ ਕੀ ਕਰਨ ਡਿਆ ਵਾ ਫਖਰ ਸਕੋਰ ਕਰ ਰਿਹਾ ਕੱਲ੍ਹ ਵੀ ਉਹਨੇ 150 ਮਾਰਤਾ ਵਾ 188 ਕੀਤਾ ਇਹ ਤੁਹਾਡੇ ਸਭ ਦੀ ਦੋਵਾਂ ਦੇ ਨਾਲ ਕਰ ਰਿਹਾ ਮੈਂ ਤਾਂ ਕਰਦੇ ਨਹੀਂ ਦੋ ਆਦੇ ਵਾਸਤੇ ਤੁਸੀਂ ਹੱਥ ਜੋੜਦੇ ਹੋ ਬੋਗੇ ਯਾਰ ਮੈਨੂੰ ਨਾ ਜਿਹੜੇ ਮੋਸਟ ਫੇਵਰਟ ਪਲੇਅਰ ਲੱਗਦੇ ਨਾ ਫਹੀਮ ਬਾਈ ਯਾਨੀ ਕਿ ਤੁਸੀਂ ਮੂੰਹ ਤੇ ਖੜੇ ਹੋ ਤੁਸੀਂ ਤੇ ਮੁਦੱਸਰ ਨਹੀਂ ਸਾਰੀ ਟੀਮ ਹੀ ਸਾਡੀ ਮਾਸ਼ਾਅੱਲਾ ਬਹੁਤ ਅੱਛੀ ਆ ਅਤੇ T20 ਦੀ ਵਨ ਡੇ ਦੀ ਲੇਕਿਨ ਸਪੈਸ਼ਲੀ ਜਿਹੜੇ ਮੈਨੂੰ ਸਭ ਤੋਂ ਅੱਛੇ ਲੱਗਦੇ ਨੇ ਸਪੈਸ਼ਲੀ ਜਿਹਨਾਂ ਦਾ ਮੈਂ ਬਹੁਤ ਵੱਡਾ ਫੈਨ ਆ ਰਜ਼ਵਾਨ ਸਾਹਿਬ ਬਰਾਤ ਗੋਲੀ ਨਾ ਕਰਦੇ ਲਓ ਜੀ ਮੈਂ ਤੁਹਾਨੂੰ ਵੱਡੀ ਗੱਲ ਦੱਸਾਂ ਸੀਰੀਅਸਲੀ ਤੁਸੀਂ ਸਭ ਨੂੰ ਕੋਈ ਸ਼ੁਕਰ ਕਹਿ ਰਹੇ ਵਿਰਾਟ ਕੋਹਲੀ ਸਾਹਿਬ ਸਾਡੇ ਸ਼ੋਅ ਦੇਖਦੇ ਆ ਹਾਂ ਦੇਖਦੇ ਨੇ ਅਸੀਂ ਸਾਰੇ ਦੇਖਦੇ ਹਾਂ ਅਸੀਂ ਯਕੀਨ ਕਰੋ ਅਸੀਂ ਕੋਵਿਡ ਦਾ ਕੋਵਿਡ 'ਚ ਤਾਂ ਬਹੁਤ ਮੈਂ ਬਲਕਿ ਸਾਰਿਆਂ ਨੂੰ ਸੈਂਡ ਕਰਨਾ ਨਵਾਂ ਸ਼ੋਅ ਆਇਆ ਵੇਖੋ ਆਸਫ ਸੈਂਡ ਕਰਦਾ ਅਸੀਂ ਬੜੇ ਮੈਂ ਸਾਡਾ ਟਾਈਮ ਨਹੀਂ ਸਾਡਾ ਮਹੱਲੇ ਦਾ ਤੁਹਾਡੇ ਮਹੱਲੇ ਦਾ ਮੈਂ ਹੱਥ ਸੁਟੋਰਾ ਐਂਜ ਤੁਹਾਨੂੰ ਮੈਂ ਹੱਥ ਪਲਾ ਕਾ ਦੁਸਟ ਆ ਰਮਜ਼ਾਨ ਸ਼ਰੀਫ ਨਾ ਸੀਰੀਅਸ ਦੱਸਣ ਲੱਗਾ ਆਸਫ ਭਾਈ ਸਾਡੇ ਸਟਾਰ ਆ ਅਲਹਮਦੁਲਿਲਾ ਮੈਂ ਉਹਨਾਂ ਦੀ ਬੜੀ ਇੱਜ਼ਤ ਕਰਦਾ ਅਸੀਂ ਉਹਨਾਂ ਦੇ ਇਲਾਕੇ 'ਚ ਕ੍ਰਿਕਟ ਖੇਲਾਂਗੇ ਉਹਨਾਂ ਦੇ ਛੋਟੇ ਭਾਈ ਨੇ ਕਾਸ਼ਿਫ ਭਾਈ ਵਟਸਐਪ ਸਾਰੇ ਮੇਰੇ ਫੈਨਸੀ ਅਲਹਮਦੁਲਿਲਾ ਸਾਨੂੰ ਬੁਲਾਇਆ ਕਿ ਮਿਠਾਈ ਸਾਡੇ ਕੋਲ ਖੇਲਣ ਆਉਣਾ ਮੈਂ ਕਿਹਾ ਭਾਅ ਜੀ ਅਸੀਂ ਆ ਰਹੇ ਐ ਭਾਈ ਆਸੇ ਬੈਠੇ ਆਹ ਮੈਂ ਬੈਠਾ ਚੇਅਰ ਰੱਖ ਕੇ ਹੁਣ ਸਾਰੇ ਦੋਸਤ ਨਾ ਪੁੱਛ ਰਹੇ ਆ ਦੋਸਤਾਂ ਨੇ ਟੀਮ ਬਣਾਈ ਮਿੱਠਾ ਪੂਰੀ ਲੈਵਲ ਕਿ ਮਿੱਠਾ ਭਾਈ ਕਿਤਾ ਮੈਂ ਕਿਹਾ ਯਾਰ ਖੇਲੋ ਅਤੇ ਹੁਣ ਆਸਫ ਸਾਹਿਬ ਕੋਲ ਮੈਨੂੰ ਨਹੀਂ ਪਤਾ ਆਸਫ ਭਾਈ ਬੈਠੇ ਆ ਕਿ ਆਸਫ ਅਲੀ ਇੰਟਰਨੈਸ਼ਨਲ ਪਲੇਅਰ ਆ ਮੈਂ ਮਸ਼ਵਰਾ ਲੈਣਾ ਮੈਂ ਕਿਹਾ ਭਾਅ ਤੁਹਾਡੇ ਸਾਹਿਬ ਨਾਲ ਟੀਮ ਕਿੱਦਾਂ ਦੀ ਹੈ ਉਹ ਸਾਡੇ ਵੱਡੇ ਵੀਰ ਆ ਇੰਟਰਨੈਸ਼ਨਲ ਪਲੇਅਰ ਆ ਸਟਾਰ ਆ ਸਾਡੇ ਅਤੇ ਮੈਂ ਉਹਨੂੰ ਬੱਲੇ ਫੜਾਇਆ ਮੈਂ ਕਿਹਾ ਭਾਅ ਸਾਡੇ ਬੱਲਿਆਂ ਦਾ ਧਿਆਨ ਰੱਖਣਾ ਮੈਨੂੰ ਪਤਾ ਹੀ ਨਹੀਂ ਅਤੇ ਉਹਦਾ ਛੋਟਾ ਭਾਈ ਨੇ ਕਾਸ਼ਿਫ ਉਹ ਆਇਆ ਕਹਿੰਦੇ ਮਿੱਠਾ ਭਾਈ ਇੱਕ ਵੀਡੀਓ ਬਣਾਉਣੀ ਤੁਸੀਂ ਤਾਂ ਭਾਈ ਆਸਫ ਮੈਂ ਕਿਹਾ ਭਾਈ ਆਸਫ ਕਿੱਥੇ ਦੇ ਕਹਿੰਦੇ ਤੁਹਾਡੇ ਨਾਲ ਬੈਠੇ ਅਤੇ ਮੈਨੂੰ ਬਾਅਦ 'ਚ ਪਤਾ ਲੱਗਿਆ ਮੈਂ ਕਿਹਾ ਭਾਈ ਆਸਫ ਆ ਦੇ ਅਤੇ ਮੈਂ ਮਦਦ ਕਰੀ ਮੈਂ ਕਿਹਾ ਸੋਰੀ ਸਰ ਅਤੇ ਇਸ ਤਰ੍ਹਾਂ ਹੋ ਜਾਂਦਾ ਵਾ ਕਿਤੇ ਤੁਸੀਂ ਕੋਈ ਸ਼ੱਕ ਨਾ ਕਰਨਾ ਇੱਧਰ ਨਾ ਅਚਾਨਕ ਭਾਈ ਫਹੀਮ ਦੇ ਕੰਮ ਅਚਾਨਕ ਨਾ ਭਾਈ ਫਹੀਮ ਨੇ ਦੇ ਕੰਨ 'ਚ ਕਹਿਣਾ ਉੱਥੋਂ ਦੋ ਕੱਪ ਲੈ ਕੇ ਆ ਉਹ ਹਾਰਡਬਾਲ ਦਾ ਮੈਚ ਖੇਡਣ ਗਿਆ ਤੇ ਐਲਬੋ ਨਹੀਂ ਲੱਭੀ ਨਾਲ ਲਵੇਟਿਆ ਇੱਥੇ ਲਓ ਨਾਜ਼ਰੀਨ ਸਾਰੇ ਦੋਸਤਾਂ ਕੋਲ ਇਹ ਤਾਂ ਨਹੀਂ ਹੈ ਸੀ ਵੀ ਅਸੀਂ ਇਕੱਲੇ ਇਕੱਲੇ ਗੁਫ਼ਤਗੂ ਕਰੀਏ ਲੇਕਿਨ ਸਾਰੇ ਦੋਸਤ ਆਪਣਾ ਥੋੜ੍ਹਾ ਥੋੜ੍ਹਾ ਨਾ ਪਾਰਟੀਸਪੇਟ ਕਰਦੇ ਰਹਿਣਗੇ ਅਤੇ ਨਾਜ਼ਰੀਨ ਇੱਕ ਤੁਹਾਨੂੰ ਮੈਂ ਸ਼ਾਇਦ ਦਿਖਾਉਣੀ ਤੁਸੀਂ ਸਾਰੇ ਦੋਸਤਾਂ ਨੇ ਯਾਰ ਤੁਹਾਡੀ ਮਿਹਰਬਾਨੀ ਕਲੈਪ ਕਰਨੀ ਹੈ ਮੇਰੇ ਯਾਰ ਅੱਜ ਬਾਕਾਇਦਾ ਫਹੀਮ ਭਾਈ ਨੂੰ ਮਿਲਣ ਵਾਸਤੇ ਸਲੋਨ ਤੋਂ ਤਿਆਰ ਸ਼ਿਆਰ ਹੋ ਕੇ ਆਇਆ ਫੇਸ਼ੀਅਲ ਕਰਾ ਕੇ ਆਇਆ ਮਸਾਜ ਕਰਾ ਕੇ ਆਇਆ ਅਤੇ ਨਾ ਯਾਰ ਮੁਦੱਸਰ ਇੱਕ ਮਿੰਟ ਜ਼ਰਾ ਐਨਕ ਲਾ ਕੇ ਇੱਕ ਮਿੰਟ ਮੁਦੱਸਰ ਐਨਕ ਦਾ ਨਾਜ਼ਰੀਨ ਮੁਦੱਸਰ ਦੀ ਅੱਖ 'ਚ ਮੱਛਰ ਵਜਾ ਅਤੇ ਅੱਖ ਦੇਖੋ ਕਿੰਨੀ ਮਾਰ ਰਹੀ ਅਤੇ ਫਹੀਮ ਭਾਈ ਅਸੀਂ ਨਾ ਥੋੜ੍ਹਾ ਜਿਹਾ ਤੁਹਾਡਾ ਡੇਰਾ ਨਹੀਂ ਜਿਹੜਾ ਜੋ ਵੀ ਤੁਹਾਡਾ ਆਪਣਾ ਸਿਸਟਮ ਆ ਉਹ ਵਿਜ਼ਿਟ ਕਰਨਾ ਵਾ ਤੁਸੀਂ ਸਾਨੂੰ ਕਰਾਉਣਾ ਵਾ ਲੇਕਿਨ ਇੱਕ ਉਹਦੀ ਸ਼ਰਤ ਵਾ ਇਹਨੂੰ ਨਾਲ ਨਹੀਂ ਰੱਖਣਾ ਕਿਉਂ ਕਿੰਨਾ ਉਹਦਾ ਤਾਂ ਖਿਜੇ ਆ ਅਤੇ ਇੱਕ ਤੁਹਾਡੇ ਲਈ ਗਿਫਟ ਲੈ ਕੇ ਆਏ ਸਰ ਇੱਕ ਸਰਪ੍ਰਾਈਜ਼ ਲੈ ਕੇ ਫੈਸਲਾਬਾਦ ਲਈ ਫੈਸਲਾਬਾਦ ਤੋਂ ਤੁਹਾਡੇ ਲਈ ਸਰਪ੍ਰਾਈਜ਼ ਲੈ ਕੇ ਤੁਸੀਂ ਸਾਡੇ ਇੰਟਰਨੈਸ਼ਨਲ ਪਲੇਅਰ ਹੋ ਸਾਡੇ ਮੁਲਕ ਦਾ ਨਾਮ ਰੋਸ਼ਨ ਕਰਦੇ ਹੋ ਤੁਸੀਂ ਸਾਡੇ ਸਟਾਰ ਹੋ ਗਿਫਟ ਲੈ ਕੇ ਉੱਤੇ ਵੀ ਅਕੈਡਮੀ ਹੈਗੀਆਂ ਵਾ ਲੇਕਿਨ ਅਸੀਂ ਤੁਹਾਨੂੰ ਚੂਜ਼ ਕੀਤਾ ਵਾ ਤੁਹਾਡਾ ਸ਼ਗਿਰਦ ਕਰਵਾਉਣ ਵਾਸਤੇ ਲੈ ਕੇ ਆਏ ਅਸੀਂ ਕਰੈਕਟਰ ਉਹ ਤੁਹਾਡਾ ਬੜਾ ਫੈਨ ਆ ਕਹਿੰਦਾ ਕਿ ਮੈਂ ਫਹੀਮ ਸਾਹਿਬ ਦਾ ਉਹਦੇ ਧੁਰਾਣਾ ਫਹੀਮ ਹੀ ਉਹਦਾ ਕਹਿ ਰਿਹਾ ਹੈ ਘਰ ਚੱਲ ਕੇ ਨਾ ਮੇਰੇ ਪਰਚਾ ਕਰਾ ਦੇ ਮੈਨੂੰ ਇਹ ਸੜ ਰਿਹਾ ਜੱਟਾਂ ਦੇ ਘਰ ਨਹੀਂ ਹੁੰਦੇ ਰਾਣਾ ਮੈਂ ਵੀ ਰਾਣਾ ਤੁਸੀਂ ਵੀ ਰਾਣੇ ਰਾਣਿਆਂ ਦਾ ਘਰ ਦੇਖ ਕੇ ਨਾ ਹੋਲ ਫੋਲ ਹੋ ਗਿਆ ਵੇ ਰਾਣਾ ਭੁੱਲ ਗਿਆ ਹੋਰ ਯਾਰ ਮੈਂ ਤੇ ਰਿਸਪੈਕਟ ਹੀ ਬੜੀ ਕਰਦਾ ਰਾਣਾ ਦੀ ਮਤਲਬ ਸਰ ਮੇਰਾ ਤਾਂ ਸਾਰਾ ਉਹ ਨਹੀਂ ਰਾਣਾ ਦੇਖ ਲਾ ਇਹ ਰਾਣਾ ਤਾਂ ਹੈ ਵਾ ਲੇਕਿਨ ਇਹਨੇ ਛੋਟੇ ਹੁੰਦੇ ਕੱਢਤਾ ਸੀ ਉਹ ਹੁਣ ਆਜ਼ਾਦੀ ਨਾਲ ਜੀ ਰਿਹਾ ਵਾ ਇਹ ਕਿਤੇ ਨਾ ਜੰਗ ਤੋਂ ਪਹਿਲੇ ਦਾ ਰਾਣਾ ਵਾ ਤੇ ਭਰਪੂਰ ਤਾਲੀਆਂ ਦੀ ਤਸ਼ਰੀਫ ਲੈ ਕੇ ਆਉਂਦੇ ਨੇ ਜਨਾਬ ਛੋਟਾ ਡੌਨ ਸਾਹਿਬ ਸਰ ਸਰ ਲਓ ਜੀ ਇਹਨਾਂ ਦਾ ਸ਼ਗਿਰਦ ਕਰਾਉਣਾ ਵਾ ਕਿਨੂੰ
सर जी बहुत बहुत मुबारक होवे तुहानू मेरे नाल मिलन दी। स्वाद तो 100 पेटी ले आड़ू की ऐदा बच्चा फ्री देंगे कली कली पेटी ला के दिखाएगा शिगिर्द हेलमेट बन जाएगा भला मैं कहना के वेल्ड ना खादी को जाके जंगला लवा देने नहीं नहीं हेलमेट बन सकता वा सिर्फ इतने दो तनिया लगनिया इंज करके पर शेर ढकना फहीम भाई इतने सारे तुहाडे रिश्तेदार आ ते मैं नहीं चाहता कि यार गल दूर तक जाए तुम सिर्फ सैपरेट होकर मेरे गल कर लो जिहड़ियां भी डिमांडा होंदियां तौलिया बकरा छोटा छोटी जुत्ती नवा खुसा ते बोस्की दा सूट पग बच्चे जो जो भी तुम उन्होंने देना वा फीस लैन डे हले सूट का घाटा वा माशाला 320 बंदे चला तला कोई 3-4 लाख रुपया चल जाऊगा मेरे स्नोकर गेम नहीं होंदी हले तक उत्तो नहीं देखी। अच्छा राणा साहब की फ्री होया बहुत अच्छे अगर कास्ट है ना हम बरादरी है इज्जत रिस्पेक्ट राणा साहब नहीं कहना जनाब फहीम भाई। अच्छा फहीम भाई दूसरे प्लेयर से बाल करा के या 100 स्कोर करके पानी में खाने ना तो इन्हें लोलीपॉप मंगाया करना। भाजी एक दिन ना अपने घर के छाबे चुक चुक मारे कंधा जी वजे मैं किया कहना नॉन हेल पी लिया नहीं तो शराबी फिल्म की एक्टिंग करने वैसे इस बेचारे ने एक मसला बना है पहले स्कोर तो रन आउट हो जाना ट्रक धोने वाला सटा लिया मैं कल क्या तस्वीर पर फहीम भाई तुम सानू थोड़ा थोड़ा विजिट कराते रहना नाले मैं थोड़े थोड़े ना सवाल जवाब देते रहना कि फहीम भाई तुहाडी फेवरेट कंट्री कि जिथे तुम खेल के बड़ा अच्छा लगता। फेवरेट कंट्री हूँ तो पाकिस्तान क्रिकेट आ गई है मैं कहना कि जो पाकिस्तान क्रिकेट नहीं सी उदो तुसी कह सकते लेकिन पाकिस्तान क्रिकेट आ गई ना तो जो होम कंट्री है ना वो सब तो बेस्ट होंगे अपने क्राउड से मैं ताला ला दूंगा चल बाहर। अच्छा अपने क्राउड से क्रिकेट खेलनी है मैं कहना सब तो बेस्ट होंगे बस बेस्ट आ तुहानू पाकिस्तान पाकिस्तान टोटल ही साड़ी जान है सिटी केड़ा पसंद है पाकिस्तान दा हां लाहौर लाहौर शहजादा लाहौर शहजादा यादगार बच गया तेरे तो लग गया। फहीम भाई इंडिया का केड़ा प्लेयर अच्छा लगता? विराट कोहली। आहा हा 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 वाकई क्या बात है एमएस धोनी ते विराट कोहली नहीं जी जोंडर टंडोलकर भी सी ना वक्त दा बादशाह मौजूदा दस रहे मौजूदा मौजूदा दिखा दो विराट कोहली है एमएस सी उस से पहले। अच्छा पाएं अगर तुम हम गिफ्ट कर देव तुम विकेट तेन फेर के रूला टैप ना तो विकेट अगर बराबर कर लिया करो ठीक नहीं हाँ काम आन के बहुत अच्छा काम आन यार इधरों फड़ के आ करके हैं अपनी टीम मैं पता तुम सारे हम सारे नाम ला देना यार मैं अच्छा लगता बचना जो आ एक दसना वा के अच्छा ऑलराउंडर के अच्छा लगता हसन अली तो इलावा दसना हसन अली मैं देखा तुम अंदर दिया जानता मैं मुस्कुराहट दस पूरी दुनिया का अपनी टीम का अपनी टीम शिताब खानी है आसन तो गया मैं फिर दूसरे पास चला गया तो बैट्समैन तुम बाबर आजम तो इलावा दसना क्योंकि बाबर आजम साहब तो मोस्ट बाबर तो इलावा साइम अयूब आ हा 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 यार
सारी क्रिकेट देखी मतलब फहीम भाई उस प्लेयर नु नजर लग गई है सैम यूब नु फहीम भाई गौर ना बोलो देखने ट्यूब का पटाका नहीं पाया फहीम भाई अच्छा मैंने लॉजिक दसा जी इतने तीन कुर्सियां कदों पाइं वा फहीम भाई तुम कि देर तो क्रिकेट नु वाच कर रहे हो फिर मैं भी दसागा मैं कितनी देर तो कर रहा मैं जो क्रिकेट खेल रहा उदो तक मतलब मैं वैसे वॉच कर रहा 2007 तो खेल में 2009 तो रहा सही जो PSL हों वा तो अगर कोई अच्छा बैट्समैन हो दुआ मंगदी यार लै दे कोई बाजी मैच वेख रहे हो यार लै ही मारी जावे बस यही खेली जावे आजम खान आजम खान तो सारी टीम च आ गया ना अच्छा अच्छा हां तो इस्लामाबाद वाले प्लेयर यार फहीम भाई तोड़ा ना बहुत अच्छा स्टाइल लगता मतलब ये भी बॉलिंग करवाने लगा तो सारे प्लेयरों ने कहता आगे आ जाओ कीपर ने भी आगे बुला लिया ने सही गल की थी तुसी चंगा भला मैच पखिया इन्हू ओवर दीती है तो कप्तान कही जाना मैं तो घर दस के नहीं आया चुप करके ओवर करा यार अगले इज्जत बेइज्जती दा मतलब PSL च नाम आ गया तेनू कप्तान ने ओवर देती तेनू कहता यार मुझे शर्म आती है सारे ने मुंह परे इन्हू करा चीजा चार खेडी आ ड्रेसिंग रूम का शीशा टुट के दौड़ के घर आ गए किसी ने फड़ लेना यार कोई नहीं सर्दियों च बॉलिंग कराने लगा तो अंपायर ने इन्ने स्वेटर जर्सियां फड़ाती बेचारा फटा रख के गया नवा नवा PSL च नाम आ गया तो एमरोज ने वड्डी सोने की चैन पाई होंगी तो वो मुकाबले जिद का तवीत पा के फिर नरम दिल एडा साज करने वाला वा अंपायर ले कुर्सी ले अच्छा भाई भाई इतो 5 किलो तोड़ी मिल जाएगी कर रही इन पिनिया बना के खजूर का बाग लाया मेहमान आया गुआच गया छोटा भतीजा नहीं गुआच जाता इधर मर जाएगा पिछे चला जाएगा तुहाडा भतीजा तो एड्डी वड्डी जगह गुआचा ना अपने कमरे च गुआच जाता2 किलो गोभी पक दे सब्जियां भी रेहड़ी भी लाने ਨਹੀਂ ਆ ਇਹਦੇ ਵਾਸਤੇ ਵੀ ਜੀ ਇਦਾਂ ਦਾ ਯਾਰ ਦੋਸਤ ਨੇ ਇਦਾਂ ਦਾ ਭੈਣ ਭਰਾ ਇਦਾਂ ਦਾ ਕਜ਼ਨ
ਠੀਕ ਮਗਰਬ ਦੀ ਅਜ਼ਾਨ ਤੋਂ ਅੱਧਾ ਘੰਟਾ ਪਹਿਲੇ ਹੁੰਦਾ ਪਤਾ ਹੁੰਦਾ ਵੀ ਇਸ ਟਾਈਮ ਹਾਂਡੀ ਪੱਕੀ ਜਾਂਦੀ ਐਵੇਂ ਆ ਕੇ ਚਾਚੀ ਦੋ ਮੇਰੀਆਂ ਵੀ ਲਾ ਲਈ ਵੀ ਪਤਾ ਚਾਚੀ ਨੇ ਲਾ ਹੀ ਲੈਣੀ ਹੈ ਮਾਸ਼ਾ ਅੱਲਾ ਮੈਂ ਆਪਣੇ ਬੇਲੀ ਨੂੰ ਦਵਾਂ ਸਾਨੂੰ ਹੀ ਗਿਫਟ ਮਿਲਣਾ ਮੈਂ ਆਪਣੇ ਬੇਲੀ ਨੂੰ ਦਵਾਂ ਓਏ ਆ ਤਾਂ ਤੁਹਾਡਾ ਸ਼ਗੀਰ ਦਾ ਆਏ ਆਏ ਅੱਲਾ ਦੀ ਕਿੰਨੇ ਪਿਆਰ ਹੈ ਤੁਹਾਡਾ ਮੈਂ ਆਪਣੇ ਸ਼ਗੀਰ ਨੂੰ ਦਿੱਤਾ ਹੈ ਇਹ ਤੁਹਾਡਾ ਹੁਣ ਵਾਕਈ ਸ਼ਗੀਰ ਦਾ ਅੱਛਾ ਫਹੀਮ ਬਾਈ ਇੱਕ ਗੁਜ਼ਾਰਿਸ਼ ਕਰਨੀ ਰਿਕੁਐਸਟ ਕਰਨੀ ਕਿ ਜਦੋਂ ਵੀ ਹੁਣ ਤੁਸੀਂ ਫੈਸਲਾਬਾਦ ਆਉਣਾ ਮੇਰਾ ਜਿਹੜਾ ਪਰਸਨਲ ਨੰਬਰ ਆ ਉਹ ਮੈਂ ਦੇ ਕੇ ਜਾਵਾਂਗਾ ਤੁਹਾਨੂੰ ਤੇ ਤੁਹਾਡਾ ਮੈਂ ਲੈ ਕੇ ਜਾਵਾਂਗਾ ਤੁਸੀਂ ਔਰ ਆਸਿਫ ਭਾਈ ਹੁਣ ਸਾਡੇ ਦੋਸਤ ਆ ਸਾਡੇ ਵੀਰ ਆ ਖੁਦਾ ਦੀ ਕਸਮ ਨਾਜ਼ਰੀਨ ਇਹ ਸਾਡੇ ਵਾਸਤੇ ਇਜ਼ਾਜ਼ ਦੀ ਗੱਲ ਆ ਸਾਡੇ ਵਾਸਤੇ ਖੁਸ਼ੀ ਦੀ ਗੱਲ ਆ ਇਹ ਸਿਰਫ ਮੇਰੇ ਉਸਤਾਦ ਜੀ ਦੀ ਬਦੌਲਤ ਬੇਸ਼ੱਕ ਅੱਲਾਹ ਤਾਲਾ ਦੀ ਜ਼ਾਤ ਦੀ ਰਹਿਮਤ ਤੋਂ ਬਾਅਦ ਨਾ ਤੁਹਾਡੀ ਮੁਹੱਬਤ ਤੋਂ ਬਾਅਦ ਮੇਰੇ ਉਸਤਾਦ ਜੀ ਦੀ ਬਦੌਲਤ ਆ ਕਿ ਫਹੀਮ ਭਾਈ ਵਰਗੇ ਬੰਦੇ ਯਾਨੀ ਕਿ ਆਰਟਿਸਟ ਸਟਾਰ ਵਰਲਡ ਦੇ ਸਟਾਰ ਉਹ ਸਾਨੂੰ ਦੇਖਦੇ ਆ ਤੇ ਸਾਡੀਆਂ ਤਾਰੀਫਾਂ ਕਰਦੇ ਆ ਸਾਡੇ ਵਾਸਤੇ ਸਾਰਾ ਹੋਰ ਸਿਰ ਫਖਰ ਨਾਲ ਬੁਲੰਦ ਹੋ ਜਾਂਦਾ ਸਿਰਫ ਤੁਹਾਡੀ ਬਦੌਲਤ ਫਹੀਮ ਭਾਈ ਲਵ ਯੂ ਆ ਤੁਹਾਡੀ ਮੁਹੱਬਤ ਆ ਤੁਹਾਡੇ ਪਿਆਰ ਦਾ ਔਰ ਸਾਨੂੰ ਯਾਨੀ ਕਿ ਪਹਿਲੇ ਜਾਣਦੇ ਸੀਗੇ ਕਿ ਆ ਮਿੱਠਾਪੁਰੀ ਆ ਮਦਸਰ ਆ ਛੋਟਾ ਡੌਨ ਆ ਸਾਡੀ ਟੀਮ ਨੂੰ ਦਾਨਿਸ਼ ਬਾਸ ਫਰੀਦ ਫੈਸਲ ਭਾਈ ਸਾਰਿਆਂ ਦਾ ਇਕੱਲੇ ਇਕੱਲੇ ਬੰਦੇ ਦੀ ਗੱਲ ਤੱਕ ਦਾ ਪਤਾ ਵਾ ਕਿ ਇਹਦੀ ਆਹ ਗੱਲ ਇਹਨੇ ਆਹ ਗੱਲ ਕੀਤੀ ਆ ਮੁਸ਼ਾਇਰਾ ਕਰਦਾ ਵਾ ਹਰ ਚੀਜ਼ ਦਾ ਸਾਡੇ ਤੋਂ ਯਾਨੀ ਕਿ ਔਰ ਸਾਨੂੰ ਮਿਲੇ ਇਸ ਤਰ੍ਹਾਂ ਐਡੇ ਪਿਆਰ ਨਾਲ ਐਡੀ ਮੁਹੱਬਤ ਨਾਲ ਕਿ ਕੋਈ ਯਾਨੀ ਕਿ ਸਟਾਰਪੁਣਾ ਨਹੀਂ ਕੋਈ ਬੰਦੇ ਮਾੜੇ ਜਿਹੇ ਐਵੇਂ ਦੋ ਓਵਰ ਇਕੱਠੇ ਕਰ ਲੈਣ ਅਤੇ ਉਹਦੀ ਕਾਲਰ ਸਿੱਧਾ ਵਾ ਅਤੇ ਟੂਨ ਖਰਾਬ ਹੋਈ ਉਹਦੀ ਲੇਕਿਨ ਕੋਈ ਐਸੀ ਗੱਲ ਨਹੀਂ ਅਤੇ ਬਹੁਤ ਹੀ ਮਜ਼ਾ ਆਇਆ ਵਾ ਔਰ ਪ੍ਰੈਕਟਿਸ ਵੀ ਇੱਥੇ ਕਰਦੇ ਨਾ ਤੁਸੀਂ ਹੈਗੀ ਭਾਈ ਫਹੀਮ ਨੂੰ ਦਿਖਾ ਦਿਓ ਮਾੜੇ ਜਿਹੇ ਮੈਂ ਤੁਹਾਨੂੰ ਬੋਲਾਂ ਖਿਲਾਉਣੀਆਂ ਖੇਲੋਗੇ ਖੇਲਾਂਗੇ ਫਹੀਮ ਭਾਈ ਮੇਰੀ ਸਪੀਡ ਬਹੁਤ ਆ ਨਾਜ਼ਰੀਨ ਫਹੀਮ ਭਾਈ ਦਾ ਜਿਹੜਾ ਪ੍ਰੈਕਟਿਸ ਰੂਮ ਆ ਨਾ ਉਹ ਪ੍ਰੈਕਟਿਸ ਗਰਾਊਂਡ ਆ ਜਿਹੜਾ ਤੁਸੀਂ ਚਲੋ ਯਾਰ ਮੇਰਾ ਤਾਲਾ ਲਾ ਦਵਾਂ ਚੱਲ ਵੀ ਦੋਸਤਾਂ ਨਿਕਲ ਮੱਛਰ ਤਾਂ ਨੀ ਲਾਈ ਨੈਟ ਲਾਇਆ ਇਹਨੂੰ ਬੰਦ ਕਰੀਦਾ ਇਹਦੇ ਵਿੱਚ ਖੇਲਣ ਤੋਂ ਬਾਅਦ ਫਹੀਮ ਭਾਈ ਉਧਰ ਕੀ ਰੱਖਿਆ ਵਾ ਉਧਰ ਮੱਝਾਂ ਮੁੱਝਾਂ ਰੱਖੀਆਂ ਮਾਸ਼ਾ ਅੱਲਾ ਆਪਣੇ ਦੁੱਧ ਦੇਣਾ ਸੀ ਉੱਥੇ ਹੀ ਦੁੱਧ ਦੁੱਧ ਸਾਰਾ ਆਪਣਾ ਘਰ ਦਾ ਹੀ ਹੁੰਦਾ ਫੇਰ ਆ ਰਿਜ਼ਲਟ ਆ ਯਾਰ ਮੁੰਡਾ ਬਹੁਤ ਅੱਛਾ ਜੋਲੀ ਆ ਇਹ ਜਦੋਂ ਘਰ ਅਸੀਂ ਬਣਾਇਆ ਸੀ ਨਾ ਦਰਵਾਜ਼ੇ ਦੇ ਪੇਂਟ ਚੋਂ ਨਿਕਲਿਆ ਹੋਣਾ ਜ਼ਮੀਨ ਚੋਂ ਕਿਤੇ ਗੈਂਤੀ ਵੱਜੀ ਹੈ ਬਾਹਰ ਆ ਗਿਆ ਕਰਕੇ ਇਹਨੂੰ ਭਾਈ ਤੁਸੀਂ ਨਾਲ ਨਾ ਫੇਰੇ ਲਵਲੀ ਖਵਾਇਆ ਕਰੋ ਚਿੱਟਾ ਹੋ ਜਾਂਦਾ ਸੱਤ ਅੱਠ ਬੰਦਿਆਂ 'ਚ ਨਾ ਬੈਠੇ ਏਦਾਂ ਦਾ ਕਰੈਕਟਰ ਫਜ਼ੂਲ ਗੱਲ ਕਰਦਾ ਹੁੰਦਾ ਐਵੇਂ ਕਹੀ ਨਾ ਨਹੀਂ ਵੀ ਨਹੀਂ ਸ਼ਾਹਰੁਖ ਖਾਨ 'ਚ ਉਹ ਗੱਲ ਹੀ ਰਹੀ ਹੁਣ ਤੂੰ ਆਪਣਾ ਕੰਮ ਕਰ ਜਾ ਕੇ ਭਾਈ ਭਾਈ ਤੁਹਾਡੇ ਵੱਡੇ ਭਾਈ ਜੀ ਹਾਂਜੀ ਵੱਡੇ ਭਾਈ ਭਤੀਜਾ ਕੇ ਭਤੀਜਾ ਭਤੀਜਾ ਉਹ ਕ੍ਰਿਕਟ ਖੇਲਦੇ ਹੋ ਆਪ ਇੱਧਰ ਆਓ ਬੇਟਾ ਕੀ ਨਾਮ ਹੈ ਆਪਕਾ ਨਾਮ ਬਤਾਓਗੇ ਨਾਮ ਬਤਾਓ ਜਿੰਨਾ ਸਾ ਬੋਲਣਾ ਹੁੰਦਾ ਅੱਛਾ ਬੱਚੇ ਇਦਾਂ ਵੀ ਬੜਾ ਮਿਸਤ ਕਰੋ ਘਰ ਬੜੀਆਂ ਗੱਲਾਂ ਕਰਦਾ ਪਰ ਨਾਜ਼ਰੀਨ ਤੁਸੀਂ ਯਕੀਨ ਮੰਨੋ ਇਸ ਬੱਚੇ ਨੂੰ ਦੇਖ ਕੇ ਨਾ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਚਾਚੂ ਕੋ ਛੱਕਾ ਲਗਾ ਕੇ ਦੱਸ ਸਰ ਇਹ ਬੱਚੇ ਤੇ ਹਲਕੀਆਂ ਲਾਲੀਆਂ ਮੇਰੇ ਜ਼ਿਆਦਾ ਸੀਗੀਆਂ ਮੇਰੀ ਅੱਖ ਦੇ ਵਿੱਚ ਨਾ ਇੱਥੇ ਦੇਖੀ ਇਹ ਲੈਟ ਜੀ ਬਲਦੀ ਹੁੰਦੀ ਸੀਗੀ ਉਹ ਚੋਟ ਲੱਗੀ ਸੀਗੀ ਛਿੱਕਾ ਮਾਰਨੇ ਆਤਾ ਆਪਕੋ ਛਿੱਕਾ ਕੈਸੇ ਮਾਰਦੇ ਲਗਾਓ ਛੱਕਾ ਜਲਦੀ ਕਰ ਛਿੱਕਾ ਲਗਾ ਕੇ ਦਿਖਾਓ ਫਿਰ ਆਪਕੋ ਨਾ ਜ਼ੋਰ ਸੇ ਸਹੀ ਵਾਲਾ ਆਪਕੋ ਨਾਮ ਦੇ ਫਿਰ ਕੋਈ ਬੜਾ ਪਿਆਰਾ ਬੱਚਾ ਮਾਸ਼ਾਅੱਲਾ ਯਕੀਨ ਮੰਨੋ ਆ ਵੇਖੋ ਨਾ ਹੂ ਬਹੂ ਇੱਕੋ ਹੀ ਲੱਗ ਰਹੇ ਆ ਮਾਸ਼ਾਅੱਲਾ ਦੇਖ ਲੈ ਤੇਰੀ ਸ਼ਾਦੀ ਹੋਈ ਆ ਓਹੋ ਹੋ ਤੇਰੇ ਬੱਚੇ ਵੀ ਆਏ ਹੋਣੇ ਇੰਜਣ ਖੁੱਲਾ ਅੱਛਾ ਇਹਨੂੰ ਦੇਖਣਾ ਇਹਦੇ ਮਿੱਠੇ ਇਹਦੇ ਦੋਸਤ ਕਹਿੰਦੇ ਯਾਰ ਮਠਿਆਈ ਖਵਾ ਕਹਿੰਦੇ ਕਿਉਂ ਕਹਿੰਦਾ ਸ਼ੁਕਰ ਹੈ ਕਿ ਤੁਹਾਨੂੰ ਦੇਖਣ ਤੇ ਆਇਆ ਹਲੇ ਹਾਂ ਨਾ ਨਹੀਂ ਹੋਈ ਸਿਰਫ ਦੇਖਣ ਦੀ ਇਹਨੂੰ ਮਠਿਆਈ ਪਾ ਦਿੱਤੀ ਇਹਦੇ ਦੋਸਤਾਂ ਇਹਨੂੰ ਦੇਖਣਾ ਇਹ ਰਿਸ਼ਤੇ ਵਾਲੇ ਤੇ ਇਹਨੂੰ ਦੇਖ ਕੇ ਫਿਰ ਕਹੀ ਜਾਣੇ ਚਲੋ ਯਾਰ ਅਸੀਂ ਦੇਖਣ ਵੀ ਜਾਣਾ ਮੁੰਡਾ ਉਹਦੇ ਸਾਹਮਣੇ ਮੂੰਹ ਤੇ ਕਹੀ ਜਾਣੇ ਇਹਨੂੰ ਰਿਸ਼ਤੇ ਵਾਲੇ ਦੇਖਣਾ ਦੇਖ ਕੇ ਕਹਿੰਦੇ ਇਹਨੂੰ ਨਲਾ ਦ ਲੈਣਾ ਨਹੀਂ ਇਹਨੂੰ ਰਿਸ਼ਤੇ ਵਾਲੇ ਦੇਖਣਾ ਦੇਖ ਕੇ ਕਹਿੰਦੇ ਭਾਈ ਤੁਹਾਡੀ ਵਰਕਸ਼ਾਪ ਆ ਵੀ ਤੇਰੇ ਨੈਣ ਦਾ ਕੀ ਹੋਰ ਤਰ੍ਹਾਂ ਦੇ ਇਹਦੇ ਘਰ ਦੇ ਬਿਲਕੁਲ ਸਾਹਮਣੇ ਗਟਰ ਵਾ ਭਰਾਵਾ ਉਹਦੇ ਤੇ ਸ਼ੀਸ਼ੇ ਦਾ ਢੱਕਣ ਲਵਾਇਆ ਅੱਛਾ ਕਹਿੰਦਾ ਪਤਾ ਲੱਗਦਾ ਰਿਹਾ ਕਿ ਅੰਦਰ ਕੀ ਹੋਣ ਡਿਆ ਗਟਰ ਮੈਨੂੰ ਗੱਲ ਯਾਦ ਆਈ ਇਹਦੀ ਬਚਪਨ 'ਚ ਹੋ ਗਈ ਲੜਾਈ ਇਹਨੇ ਲੜਾਈ ਵਾਲਿਆਂ ਨੂੰ ਮਾਰਿਆ ਨਹੀਂ ਆ ਉਹ ਦੋਵਾਂ ਭਰਾ ਨੂੰ ਫੜ ਕੇ ਨਾਲੀ ਦੇ ਵਿੱਚ ਛਾਲ ਮਾਰ ਰਹੀ ਵਾਲ ਉੱਡ ਰਿਹਾ ਤੁਹਾਡੇ ਭੈਣ ਤੁਹਾਡੀ ਮੁਹੱਬਤ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਕ ਹੱਸਣ ਦਾ ਹਸਾਉਣ ਦਾ ਬਾਇਸ ਬਣੇ ਹੋ ਅਤੇ ਤੁਹਾਡਾ ਫਹੀਮ ਭਾਈ ਤੋਂ ਥੋੜ੍ਹਾ ਸ਼ੁਕਰੀਆ ਬਹੁਤਾ ਹੁਣ ਬਹੁਤਾ ਮਾਸ਼ਾਅੱਲਾ ਸਟਾਰ ਆ ਫਹੀਮ ਭਾਈ ਸਹੀ ਦੱਸਣਾ ਐਨੂੰ ਹੋਣਾ ਮੇਰਾ ਯਾਰ ਫਹੀਮ ਭਾਈ ਦੋ ਤਿੰਨ ਕੁਐਸਚਨ ਜਿਹੜੇ ਆ ਉਹ ਤੁਸੀਂ ਮੇਰੇ ਕੋਲ ਕਰਨੇ ਆ ਕਰੋ
ਮਿੱਠਾ ਭਾਈ ਪਹਿਲੇ ਤੁਸੀਂ ਸੋਹਣੇ ਹੁੰਦੇ ਸੀ ਹੁਣ ਕੀ ਹੋਇਆ ਪਹਿਲੇ ਮੈਂ ਤਾਂ ਘੰਟਾ ਤਾਂ ਹੋ ਗਿਆ ਨਾ ਸ਼ਰੀਰ ਤੁਸੀਂ ਆਪ ਦੱਸੋ ਨਾ ਵੀ ਤੁਸੀਂ ਵੀ ਕਿੰਨੇ ਖੂਬਸੂਰਤ ਸੀਗੇ ਤੁਸੀਂ ਇਹਨੂੰ ਮਿਲਦੇ ਹੋਗੇ ਹਫ਼ਤੇ ਹਫ਼ਤੇ ਮੈਂ ਹੁਣ ਦੇਖੋ ਯਕਦਮ ਮਿਲਿਆ ਮੈਨੂੰ ਹੋਰ ਸਾਲ ਨਿਕਲਿਆ ਮੂੰਹ ਹੀ ਆਇਆ ਚੁੱਲ੍ਹਾ ਚੁੰਮਦਾ ਰਿਹਾ ਕਿਤੇ ਇਹ ਤਾਂ ਸਹੀ ਕਿਤੇ ਨਾਰ ਚੱਲ ਗਿਆ ਮੂੰਹ ਤੇ ਨਾਜ਼ਰੀਨ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹਾਡੀ ਮੁਹੱਬਤ ਦਾ ਅਤੇ ਸਪੈਸ਼ਲੀ ਫਹੀਮ ਬਾਈ ਕਿਉਂਕਿ ਅੱਜ ਅਸੀਂ ਫਹੀਮ ਬਾਈ ਕੋ ਹੈ ਨਾ ਡੇਲੀ ਤੁਹਾਨੂੰ ਮੁਹੱਬਤ ਤੁਹਾਨੂੰ ਸ਼ੁਕਰੀਆ ਤੁਹਾਨੂੰ ਥੈਂਕਸ ਕਹੀਦਾ ਅੱਜ ਅਸੀਂ ਫਹੀਮ ਬਾਈ ਨੂੰ ਕਹਿਣਾ ਕਿ ਫਹੀਮ ਬਾਈ ਨੇ ਸਾਨੂੰ ਆਪਣਾ ਕੀਮਤੀ ਵਕਤ ਦਿੱਤਾ ਯਕੀਨ ਮੈਨੂੰ ਵਾਕਈ ਕੀਮਤੀ ਵਕਤ ਆ ਅਤੇ ਬਹੁਤ ਮਸ਼ਹੂਰ ਸੀ ਇਹਨਾਂ ਦੇ ਅਤੇ ਅੱਲਾਹ ਤਾਲਾ ਇਹਨਾਂ ਨੂੰ ਹੋਰ ਇੱਜ਼ਤ ਤੋਂ ਕੰਮ ਨਹੀਂ ਦੇਵੇ ਖੁਸ਼ ਰਹਿਣ ਅਤੇ ਸਾਡੇ ਮੁਲਕ ਪਾਕਿਸਤਾਨ ਦਾ ਨਾਮ ਇਸ ਤਰ੍ਹਾਂ ਰੋਸ਼ਨ ਕਰਦੇ ਰਹਿਣ ਅਤੇ ਜ਼ਿਆਦਾ ਇੱਜ਼ਤਾਂ ਪਾਉਣ ਬਾਹਰ ਜਾ ਕੇ ਛੱਕੇ ਚੌਕੇ ਵਿਕਟਾਂ ਡਾਊਨ ਅਤੇ ਇਸ ਵਰਲਡ ਕੱਪ ਦੇ ਵਿੱਚ ਮੇਰਾ ਭਾਈ ਸੁੱਠੋ ਮਾਣੋ ਪਰਫਾਰਮੈਂਸ ਦੇਣੀ ਏਸ਼ੀਆ ਕੱਪ ਜਿਵੇਂ ਭਾਈ ਭਾਈ ਤੁਸੀਂ ਕੋਈ ਸਾਡੀ ਆਵਾਮ ਨੂੰ ਆਡੀਅੰਸ ਨੂੰ ਕੋਈ ਮੈਸੇਜ ਦੇਣਾ ਚਾਹੋ ਤੇ ਪੈਕੇਜ ਨਹੀਂ ਆ ਜਾ ਕੱਲ੍ਹ ਬੈਲੈਂਸ ਕਰਾ ਕਾ ਮੈਸੇਜ ਦਾ ਮਤਲਬ ਆ ਕੋਈ ਸਾਨੂੰ ਵੀ ਹਸਾਉਂਦੇ ਹੋ ਪੂਰੇ ਪਾਕਿਸਤਾਨ ਨੂੰ ਬਲਕਿ ਪੂਰੀ ਦੁਨੀਆਂ ਨੂੰ ਹਸਾਉਂਦੇ ਹੋ ਤੇ ਮੈਂ ਕਹਿੰਦਾ ਜਿਹੜੇ ਸਾਨ ਵਾਲੇ ਲੋਕ ਹੁੰਦੇ ਨੇ ਨਾ ਉਹ ਸਭ ਤੋਂ ਖਾਸ ਲੋਕ ਹੁੰਦੇ ਨੇ ਅੱਲਾਹ ਦੇ ਖਾਸ ਲੋਕ ਹੁੰਦੇ ਨੇ ਕਿ ਦੁਨੀਆਂ ਨੂੰ ਹਸਾ ਰਹੇ ਹੁੰਦੇ ਨੇ ਤੇ ਮੈਂ ਮੈਸੇਜ ਇਹੀ ਦੇਵਾਂਗਾ ਕਿ ਇਹ ਸਾਨੂੰ ਉਸ ਟਾਈਮ 'ਤੇ ਹਸਾਉਂਦੇ ਨੇ ਜਿਸ ਟਾਈਮ ਅਸੀਂ ਪ੍ਰੈਸ਼ਰ 'ਚ ਹੁੰਦੇ ਹਾਂ ਕਿਉਂਕਿ ਮੈਚ ਕ੍ਰਿਕਟ ਦੇ ਦੌਰਾਨ ਬੜਾ ਪ੍ਰੈਸ਼ਰ ਹੁੰਦਾ ਆ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਐਵੇਂ ਦੀਆਂ ਚੀਜ਼ਾਂ ਦੇਖੀਏ ਅਤੇ ਅਸੀਂ ਮੈਂ ਇਹਨਾਂ ਨੂੰ ਅਸੀਂ ਜਿੰਨੇ ਵੀ ਕ੍ਰਿਕਟਰ ਨੇ ਤਕਰੀਬਨ ਸਾਰੇ ਇਹਨਾਂ ਨੂੰ ਜਾਣਦੇ ਹਾਂ ਕਿਉਂਕਿ ਸਾਡਾ ਜਿਹੜਾ ਫਾਰਗ ਟਾਈਮ ਹੁੰਦਾ ਨਾ ਉਹ ਬੜਾ ਮੁਸ਼ਕਿਲ ਹੁੰਦਾ ਗੁਜ਼ਾਰਨਾ ਅਤੇ ਤੁਸੀਂ ਵੀ ਅਗਰ ਆਪਣੀ ਜ਼ਿੰਦਗੀ 'ਚ ਡਿਪਰੈਸ਼ਨ 'ਚ ਹੋ ਜਾਂ ਮੁਸ਼ਕਿਲ ਹਾਲਾਤ 'ਚ ਹੋ ਨਾ ਤਾਂ ਆਪਣਾ ਟਾਈਮ ਕੱਢਿਆ ਕਰੋ ਕਿ ਕੋਈ ਐਸੀ ਚੀਜ਼ ਦੇਖਿਆ ਕਰੋ ਜਿਹੜੀ ਤੁਹਾਨੂੰ ਰਿਲੈਕਸ ਕਰ ਸਕੇ ਮੈਂ ਇਹਨਾਂ ਨੂੰ ਮੇਰੀ ਬੈਸਟ ਵਿਸ਼ ਦੇਣਾ ਮੇਰੀ ਦੁਆਵਾਂ ਇਹਨਾਂ ਦੇ ਨਾਲ ਨੇ ਕੇਰਲਾ ਪਾ ਕੇ ਇਹਨਾਂ ਨੂੰ ਇਸ ਤਰ੍ਹਾਂ ਹੀ ਕੰਮ ਕਰਦੇ ਜੋ ਕੰਮ ਕਰ ਰਹੇ ਕੰਮ ਕਰਦੇ ਰਹਿਣ ਮੈਨੂੰ ਇਹ ਵੀ ਯਾਦ ਹੈ ਕਿ ਸ਼ੁਰੂ ਜਦੋਂ ਇਹਨਾਂ ਨੇ ਜਾਨੀ ਭਾਈ ਨੇ ਕੀਤਾ ਸੀ ਉਹ ਮੱਝਾਂ ਦੀ ਹਵੇਲੀ 'ਚ ਗਏ ਸੀ ਅਤੇ ਤੁਸੀਂ ਵੀ ਇੱਕ ਘਰ ਗਏ ਸੀ ਤੁਹਾਡੇ ਪਿੱਛੋਂ ਬੰਦਾ ਲੱਗ ਗਿਆ ਸੀ ਉਹ ਮਤਲਬ ਕਿ ਕਿੱਥੋਂ ਕੰਮ ਸ਼ੁਰੂ ਕੀਤਾ ਸੀ ਇਹ ਨਹੀਂ ਹੁੰਦਾ ਕਿ ਇੱਕ ਦਿਨ 'ਚ ਬੰਦਾ ਪਹੁੰਚਦਾ ਕਿੱਥੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਅੱਜ ਅੱਲਾਹ ਤਾਲਾ ਨੇ ਇਹਨਾਂ ਨੂੰ ਕਿੰਨੀ ਇੱਜ਼ਤ ਦਿੱਤੀ ਹੋਈ ਹੈ ਇੰਡੀਆ 'ਚ ਵੀ ਮੈਂ ਖੁਦ ਕੁਛ ਵੀਡੀਓ ਦੇਖੀ ਹੋਈਆਂ ਨੇ ਕਿ ਸਾਡੇ ਜਿਹੜੇ ਇੰਡੀਅਨ ਕ੍ਰਿਕਟਰ ਨੇ ਉਹ ਵੀ ਇਹਨਾਂ ਦੀ ਵੀਡੀਓਜ਼ ਦੇਖਦੇ ਨੇ ਮੈਂ ਕਹਿੰਦਾ ਕਿ ਇਹ ਅੱਲਾਹ ਦੇ ਖਾਸ ਲੋਕ ਨੇ ਇਹ ਬੜੇ ਅੱਛੇ ਲੋਕ ਨੇ ਕਿ ਲੋਕ ਇਹਨਾਂ ਨੂੰ ਦੇਖਦੇ ਨੇ ਲੋਕ ਇਹਨਾਂ ਨੂੰ ਦੇਖ ਕੇ ਆਪਣੀ ਜ਼ਿੰਦਗੀ 'ਚ ਹੱਸ ਖੇਡ ਲੈਂਦੇ ਨੇ ਅਤੇ ਤੁਹਾਡੇ ਸਾਰਿਆਂ ਦਾ ਥੈਂਕ ਯੂ ਅਤੇ ਮੇਰੀ ਜਿਹੜੀ ਨੇਕ ਖਾਹਿਸ਼ ਹੈ ਤੁਹਾਡੇ ਨਾਲ ਹੈ ਲਵ ਯੂ ਤੁਸੀਂ ਮੇਰੇ ਵੱਡੇ ਭਰਾ ਹੋ ਜਿੰਨੇ ਵੀ ਕ੍ਰਿਕਟਰ ਨੇ ਤੁਸੀਂ ਸਾਰਿਆਂ ਦੇ ਭਰਾ ਹੋ ਲਵ ਯੂ ਸਾਡੇ ਹੀਰੋ ਤੁਸੀਂ ਸਾਡੇ ਭਾਈ ਸਟਾਰ ਹੋ ਅਤੇ ਮਦੱਸਰ ਭਾਈ ਜਿਹੜੇ ਸਾਡੇ ਇਹਨਾਂ ਦੀ ਜਿਹੜੀ ਬੇਟੀ ਹੈ ਹੋਸਪਿਟਲ 'ਚ ਹੈ ਅਤੇ ਮੈਂ ਪਰਸਨਲੀ ਵੀ ਇਹਨਾਂ ਲਈ ਦੁਆ ਕਰਾਂਗਾ ਇਹਨਾਂ ਨੇ ਇੰਨੀ ਮੁਸ਼ਕਿਲ ਬੜਾ ਮੁਸ਼ਕਿਲ ਟਾਈਮ ਹੁੰਦਾ ਕਿਉਂਕਿ ਮੈਂ ਦੇਖਿਆ ਹੋਇਆ ਮੇਰਾ ਦੋਸਤ ਹੈ ਆਸਫ ਅਲੀ ਉਹਦੀ ਵੀ ਬੇਟੀ ਬਿਮਾਰ ਸੀ ਬੜਾ ਮੁਸ਼ਕਿਲ ਟਾਈਮ ਹੁੰਦਾ ਇੰਨੇ ਮੁਸ਼ਕਿਲ ਟਾਈਮ 'ਚ ਟਾਈਮ ਕੱਢ ਕੇ ਆਏ ਨੇ ਮੈਂ ਤੁਹਾਡੇ ਸਭ ਨਾਲ ਵੀ ਰਿਕੁਐਸਟ ਕਰਨਾ ਕਿ ਦੁਆ ਕਰੋ ਅੱਲਾਹ ਤਾਲਾ ਇਹਨਾਂ ਦੀ ਬੇਟੀ ਨੂੰ ਸਿਹਤ ਦੇਣ ਜਲਦੀ ਤੋਂ ਜਲਦੀ ਉਹ ਰਿਕਵਰ ਕਰੇ ਅਤੇ ਦੁਆ ਕਰੋ ਕਿ ਅੱਲਾਹ ਤਾਲਾ ਇਹਨਾਂ ਦੀ ਪੂਰੀ ਟੀਮ ਨੂੰ ਕਾਮਯਾਬ ਕਰੇ ਆਮੀਨ ਆਮੀਨ ਚਾਰ ਸ਼ਰਟਾਂ ਫਹੀਮ ਭਾਈ ਨੇ ਗਿਫਟ ਕਰਤੀਆਂ ਤੁਹਾਨੂੰ ਤੁਸੀਂ ਹੁਣ T20 ਬ੍ਰਾਂਚ ਖੇਲੋਗੇ ਆਹ ਵੀ ਕਿਤੇ ਸਲਵਾਰ ਸ਼ਰਟ ਪਾ ਖੇਲਣਾ ਵਾ ਲਓ ਜੀ ਲਵ ਯੂ ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਹੱਸਦੇ ਵਸਦੇ ਰਹੋ ਲਵ ਯੂ ਆਲ